ਐਂ ਜੇ ਪੈਰ ਧਰਤਾ ਤਾਂ ਗਿਆ ਮੈਨੂੰ ਲੱਗਦਾ ਬੰਦਾ ਪੂਰੇ 18 ਕਿਲੋਮੀਟਰ ਤੱਕ ਆ ਜਿਹੜਾ ਫਤਿਹਗੜ੍ਹ ਹੱਲ ਸੈੱਟ ਇਹ ਹਾਂਜੀ ਮਿੱਤਰੋ ਸਵਾਗਤ ਕਰਦਾ ਤੁਹਾਡਾ ਆਪਣਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਸਵੇਰ ਦੇ 10:00 ਦਾ ਟਾਈਮ ਹੋ ਗਿਆ ਅਤੇ ਹੁਣ ਆਪਾਂ ਜਾ ਰਹੇ ਸੀ ਬੁਰਸ਼ ਕਰਨ ਟਰਾਲੇ ਦੇ ਕੋਲ ਜਿਹੜਾ ਲੰਗਰ ਸੀਗਾ, ਫਿਰ ਉੱਥੇ ਚਾਹ ਨਾਲ ਰਸ ਛੱਕ ਕੇ ਥੋੜ੍ਹੇ ਜਿਹੇ ਐਕਟਿਵ ਹੋਏ ਬਾਈ। ਜਿਹੜੀ ਸੰਗਤ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੈ ਨਾ। ਹਾਂਜੀ, ਅਤੇ ਯਾਨੀ ਕਿ ਤੁਸੀਂ ਇੱਕ ਪ੍ਰੋਬਲਮ ਆਉਂਦੀ ਆ ਨਹਾਉਣ ਦੀ, ਨਹਾਉਣ ਧੋਣ ਦੀ ਪ੍ਰੋਬਲਮ ਆਉਂਦੀ ਆ, ਉਹ ਕਰਕੇ ਤੁਹਾਨੂੰ ਪਤਾ ਵੀ ਫੀਸ ਕਰਨੀ ਪੈਂਦੀ ਆ ਹੈ ਨਾ। ਭੀੜ ਵਾਲੀ ਕਰ। ਹਾਂ, ਅਤੇ ਹੁਣ ਅਸੀਂ ਇੱਥੇ ਅੱਗ ਸੇਕਣ ਲੱਗ ਗਏ ਸੀਗੇ ਅਤੇ ਮੂਹਰੇ ਬਿਲਡਿੰਗ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਇਹ ਬਿਲਡਿੰਗ ਦੇ ਮੂਹਰੇ ਇੱਥੇ ਅੱਗ ਸੇਕਣ ਲੱਗ ਗਏ। ਠੰਡ ਆ ਥੋੜ੍ਹੀ ਥੋੜ੍ਹੀ, ਪਰ ਇੰਨੀ ਜ਼ਿਆਦਾ ਕੁਛ ਠੰਡ ਨਹੀਂ। ਸੁਬਾਹ ਸੁਬਾਹ ਹੀ ਧੁੰਦ ਪੈਂਦੀ, ਇਹ ਤੋਂ ਬਾਅਦ 2 ਘੰਟਿਆਂ ਬਾਅਦ ਧੁੰਦ ਜਿਹੜੀ ਉਹ ਚੱਕੀ ਜਾਂਦੀ ਹੈ। ਕੁਝ ਕੁ ਸਮਾਂ ਬਾਅਦ ਇਹਦੇ 'ਚ ਚੰਗੇ ਆ ਪੀਸ, ਉਹਦੇ 'ਚ ਹੋ ਰਹੀ ਹੈ ਨਾ। ਹੁਣ ਜਾਂਦੇ ਹਾਂ ਜੀ ਅਸੀਂ ਪ੍ਰਸ਼ਾਦਾ ਛਕਣ ਲੰਗਰ ਦੇ ਵਿੱਚ। ਲਓ ਬਈ ਮਿੱਤਰੋ, ਅੱਜ ਆਪਣਾ ਜਿਹੜਾ ਟਰਾਲਾ ਉਹ ਇੱਥੇ ਖੜਾ, ਪਰਾਂ ਹੋ ਜਾ ਬਾਈ ਯਾਰ, ਅਤੇ ਸਿੰਘਾਂ ਸਰਦਾਰਾਂ ਦੇ ਘੋੜੇ ਵੀ ਇੱਥੇ ਖੜੇ ਆ, ਬਿਲਕੁਲ ਸਾਹਮਣੇ ਆ ਹੈ ਨਾ। ਰੰਗ ਕਿਹੜਾ ਤੈਨੂੰ ਪਸੰਦ ਆ ਫਿਰ ਇਹਨਾਂ 'ਚੋਂ, ਕਿਹੜਾ ਘੋੜੇ ਦਾ ਵਧੀਆ ਲੱਗਿਆ? ਵਾਈਟ ਵਾਈਟ ਅਤੇ ਬਲੈਕ ਦੋਈ, ਠੀਕ ਆ। ਹਾਂ ਬਹੁਤ ਵਧੀਆ ਹੈ ਨਾ। ਅਤੇ ਹੁਣ ਮੇਰੀ ਰੀਲ ਕੌਣ ਬਣਾਊਗਾ ਇੱਥੇ? ਵਾਹ ਜੀ ਵਾਹ। ਕੱਲ੍ਹ ਜਿਹੜਾ ਹੋਈ ਸਾਡੇ ਨਾਲ ਧੱਕਾ ਗਿਆ, ਅਤੇ ਪਰ ਅੱਜ ਤੁਸੀਂ ਵੇਖੋ ਫਤਿਹਗੜ੍ਹ ਸਾਹਿਬ ਵੇਖੇ ਕਿੰਨਾ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਕਿੰਨਾ ਜ਼ਿਆਦਾ। ਉਹ ਸਾਹਮਣੇ ਆ ਉਹ ਜਿਹੜੀ ਯੂਨੀਵਰਸਿਟੀ ਆ, ਅਤੇ ਇੱਧਰ ਵੀ ਤੁਸੀਂ ਚਾਰ ਚੁਫੇਰੇ ਦੇਖੋ, ਪੂਰੇ 18 ਕਿਲੋਮੀਟਰ ਤੱਕ ਆ ਜਿਹੜਾ ਫਤਿਹਗੜ੍ਹ ਸਾਹਿਬ ਪੂਰਾ ਦਿਖਦਾ। ਆਹ ਵੀ ਆਪਣੇ ਪਿੰਡ ਵਾਲਿਆਂ ਦਾ ਟਰੈਕਟਰ ਆ, ਅਤੇ ਆਹੋ ਆਪਣਾ ਟਰਾਲਾ। ਅੱਜ ਆਪਾਂ ਚੱਲੇ ਹਾਂ ਜੀ ਆਮ ਖਾਸ ਬਾਗ ਦੇ ਵਿੱਚ, ਤੁਹਾਨੂੰ ਉੱਥੋਂ ਦਾ ਇਤਿਹਾਸ ਆਪਾਂ ਜਾਣੂ ਕਰਾਵਾਂਗੇ, ਅਤੇ ਉੱਥੇ ਇੱਕ ਪੰਜਾਬੀ ਮਕਬੂਲ ਮੂਵੀ ਜਿਹੜੀ ਗਿੱਪੀ ਗਰੇਵਾਲ ਦੀ ਸੀਗੀ ਸਿੰਘ ਵਰਸਸ ਕੌਰ ਮੂਵੀ, ਉਹ ਵੀ ਉੱਥੇ ਬਣੀ ਆ, ਅਤੇ ਹੋਰ ਵੀ ਕਈ ਮੂਵੀਆਂ ਜਿਹੜੀਆਂ ਉੱਥੇ ਬਣੀਆਂ, ਅਤੇ ਤੁਹਾਨੂੰ ਉਸ ਕਿਲੇ ਦਿਖਾਵਾਂਗੇ ਕਿਵੇਂ ਉਹ ਚਾਰ ਦੀਵਾਰੀ ਜਾਂ ਅੱਜ ਵੀ ਉਹ ਜਿਹੜਾ ਪੁਰਾਣਾ ਕਿਲੇ ਕੁਲੇ ਆ ਉਹ ਕਿਵੇਂ ਬਚਾ ਕੇ ਰੱਖੀ ਗਈ ਆ, ਸਾਰੀਆਂ ਗੱਲਾਂ ਨਾਲ ਤੁਹਾਨੂੰ ਜਾਣੂ ਕਰਾਵਾਂਗੇ। ਤੁਸੀਂ ਵਲੌਗ ਨਾਲ ਜੁੜੇ ਰਹੋ। ਮੇਰੇ ਬਾਈ ਪੈਰ ਦਾ ਮੇਚਾ ਦੇਖ ਲਈ, ਚੌੜ ਦੀ ਚੌੜ ਲੈ ਇਹਦੇ ਆ ਬਾਈ, ਇਹਦੇ ਆ ਤੇਰੇ ਨਹੀਂ, ਇਹ ਧੱਕੇ ਨਾਲ ਤੂੰ ਸ਼ੋਰ ਤੇ ਦਬਾ ਪਾਉਣਾ। ਮੇਰੀਆਂ ਜੱਪੜਾ ਬਈ ਧੱਕਾ ਕੀ ਆ, ਤੇਰੀਆਂ ਤੇਰੇ ਕੋਲ ਕੀ ਪ੍ਰੂਫ ਆ? ਕੀ ਪ੍ਰੂਫ ਆ ਤੇਰੇ ਕੋਲ? ਮੇਰੇ ਕੋਲ ਇਹ ਪ੍ਰੂਫ ਆ ਯਾਰ, ਪੈਰ ਦਾ ਮੇਚਾ ਦੇਖ ਲਓ ਪੂਰਾ ਪੂਰਾ। ਇੱਡਾ ਕਰਕੇ ਨਹੀਂ ਬਾਈ, ਮੈਂ ਵੀਡੀਓ ਬਣਾਈ ਨਾ। ਚੱਲ ਪਾਣੀ ਸਪਲਾਈ ਹੋਣ ਡਿਆ ਸੰਗਤਾਂ ਵਾਸਤੇ ਵੀ, ਟਰਾਲੇ 'ਚ ਸੰਗਤਾਂ ਧਿਆਈਆਂ ਨਾ ਮਰਨ ਹੈ ਨਾ, ਕਾਣਾ ਸੁੱਕੇ ਬਸ ਉਹਨਾਂ ਦਾ ਹੈ ਨਾ, ਇੱਕ ਉਹ ਤੇ ਦੋ ਮੇਰੇ ਹੱਥ ਜਾ ਬਾਕੀ ਯਾਰ ਧਿਆਏ ਬਾਈ। ਹਲਕੇ ਕੁੱਤੇ ਨਾ ਭੇੜੇ ਆ, ਇਹ ਭੇੜ ਕੇ ਕੀ ਲਿਆਂਦਾ ਸੀਗਾ ਬਾਈ ਯਾਰ, ਵਾਹ ਕਮਾਲ, ਕਿਆ ਬਾਤ ਹੈ,
ਤਾਰੀਫ ਹੋ ਜਾਏ ਇਹਨਾਂ ਦੀ। ਹਜੇ ਹੱਥ ਚੋਂ ਵੀ ਨਹੀਂ ਛੱਡਦੇ। ਲੈ ਸੰਗ ਤੋਂ ਟੱਲਾ ਉਹ ਆਪਾਂ ਲਾਤਾ ਇੱਥੇ ਬਿਲਕੁਲ ਸਾਹਮਣੇ। ਬੋਲੇ ਸੋਹਣੇ ਹਾਲ ਆਮ ਖਾਸ ਬਾਗ ਵੱਲ ਨੂੰ 4:30 ਵਜੇ ਰਵਾਨਗੀ ਜਿਹੜੀ ਪਾ ਦਿੱਤੀ ਆ। ਆਮ ਖਾਸ ਬਾਗ ਦੀ ਹਿਸਟਰੀ ਤੁਹਾਨੂੰ ਆਪਾਂ ਅੱਗੇ ਚੱਲ ਕੇ ਹੌਲੀ 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 ਸਾਰੀ ਹਿਸਟਰੀ ਦੱਸਦੇ ਹਾਂ, ਤੁਹਾਨੂੰ ਸਮਝਾਉਂਦੇ ਹਾਂ ਕਿਹਦਾ ਕਿਲਾ ਸੀਗਾ, ਕਿਵੇਂ ਬਣਿਆ, ਕੀ ਸਾਰਾ ਸਿਸਟਮ। ਆਮ ਖਾਸ ਬਾਗ ਇਹ ਆ ਗਿਆ ਜੀ ਮੇਨ ਗੇਟ ਆਮ ਖਾਸ ਬਾਗ ਦਾ, ਜਿੱਥੋਂ ਆਪਣੀ ਐਂਟਰੈਂਸ ਆ। ਲਓ ਬਈ ਜਿਹਦੀ ਹਿੱਕ ਚ ਦਮ ਆ ਉਹੀ ਘੁਮਾਊਗਾ ਇਹਨੂੰ, ਠੀਕ ਆ। ਲੈ ਬਈ ਆਪਣੀ ਟੀਮ ਦਾ ਬੰਦਾ ਵੀ ਵਿੱਚ ਇੱਕ ਲੱਗ ਗਿਆ। ਚੱਲ ਪਾਸ ਠੀਕ ਦੇਖ ਲਾ ਮੇਰੀ ਗੱਲ ਸੁਣ। ਗਿੱਪੀ ਗਰੇਵਾਲ ਨੇ ਸਿੰਘ ਵਰਸਸ ਕੌਰ ਮੂਵੀ ਬਣਾਈ ਸੀ, ਪਰ ਇੱਥੇ ਇਹਨਾਂ ਨੇ ਹੋਰ ਹੀ ਫਿਲਮਾਂ ਜਿਹੀਆਂ ਬਣਾ ਦਿੱਤੀਆਂ ਇਹ ਤੋਂ ਬਾਅਦ, ਹਨਾ ਇਹਨੇ ਹੋਰ ਹੀ ਬਣਾ ਦਿੱਤੀ ਇਹਨੂੰ ਬੁੱਲੜ ਦੇ। ਫੁੱਟ ਦੂਰ ਰਹਿਣਾ। ਲਓ ਬਈ ਮਿੱਤਰੋ ਹੁਣ ਚੌੜਬਾਜ਼ੀ ਬਹੁਤ ਹੋ ਗਈ ਅਤੇ ਹੁਣ ਆਪਾਂ ਇਹਦੀ ਹਿਸਟਰੀ ਨਾ, ਇਹਦੀ ਇਤਿਹਾਸ ਨਾ, ਇਸ ਕਿਲ੍ਹੇ ਦੇ ਤੁਹਾਨੂੰ ਆਪਾਂ ਜਾਣੂ ਕਰਾਵਾਂਗੇ। ਅਕਬਰ ਜਦੋਂ ਮੁਗਲ ਬਾਦਸ਼ਾਹ ਬਣਿਆ ਤਾਂ ਦਿੱਲੀ ਤੋਂ ਲਾਹੌਰ ਤੱਕ ਦਾ ਪੈਂਡਾ ਕਾਫੀ ਬਣ ਜਾਂਦਾ, ਤਾਂ ਅਕਬਰ ਨੇ ਸੋਚਿਆ ਕਿਉਂ ਨਾ ਦਿੱਲੀ ਤੋਂ ਲਾਹੌਰ ਦੇ ਵਿਚਾਲੇ ਇੱਕ ਆਰਾਮਗਾਹ ਬਣਾਈ ਜਾਵੇ। ਇਸ ਲਈ ਉਸਨੇ ਚੁਣਿਆ ਪੰਜਾਬ ਦਾ ਸਰਹੰਦ ਸ਼ਹਿਰ, ਤੇ ਉਸ ਤੋਂ ਮਗਰਲੇ ਮੁਗਲ ਰਾਜਿਆਂ ਨੇ ਇਸ ਦੇ ਵਿੱਚ ਕਾਫੀ ਵਾਧਾ ਕੀਤਾ। ਉਹ ਯਾਰ ਬੋਰਡ ਬਹੁਤ ਪੁਰਾਣਾ ਹੋ ਬਾਈ ਓਏ, ਉਹ ਲੱਤ ਜੀ ਇੱਥੇ ਵੜਦਾ ਹੁੰਦਾ ਉਹ ਕਹਿੰ ਸਿੰਘ ਵਰਸਸ ਕੌਰ ਮੂਵੀ ਜੈਂਡ ਤੇ। ਠੀਕ ਆ ਠੀਕ ਆ, ਆਹ ਬੋਰਡ ਹੀ ਨਾ, ਬੋਰਡ ਬਹੁਤ ਪੁਰਾਣਾ ਹੈ ਨਾ ਇਹ।
ਵੱਡ ਵੱਡ ਕਲਾ ਕਰੀਏ ਨਾ ਕਿੰਨੀ ਵਧੀਆ ਆਵੇ ਆਮ ਬਤੋਰ ਆਜਾ ਬਤੋੜ ਕੇ ਖਾਂਦਾ ਰਹਿ ਲੈਣਾ ਸਰਕਾਰ ਦਾ ਨਾਰ ਰਾਣੀ ਹੁੰਦੀ ਸੀ ਇੱਕ ਤਾਂ ਬਈ ਚਿੜੀਆਂ ਦੀ ਚਿੜਚਿੜ ਬਹੁਤ ਆ ਇੱਥੇ ਚਿੜੀਆਂ ਦੀ ਤੇ ਕਾਵਾਂ ਦੀ ਤਾਂ ਗਿਣਤੀ ਕੋਈ ਨਾ ਮੁੱਕਣ ਯੋਗ ਗਿਣਤੀ ਆ ਇੰਨੇ ਕਾਂ ਬਾਕੀ ਇਹ ਗੱਲ ਆ ਵੀ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਹੋਰ ਨਹੀਂ ਕਾਂ ਬਹਿੰਦੇ ਜਿੰਨੇ ਇੱਥੇ ਕਾਂ ਜ਼ਿਆਦਾ ਆਉਂਦੇ ਆ ਪਤਾ ਨਹੀਂ ਕੀ ਚੱਕਰ ਹੈ ਪਹਿਲਾਂ ਤੋਂ ਹੀ ਆਏ ਹਾਂ ਪਿਛਲੇ ਸਾਲ ਵੀ ਆਇਆ ਸੀ ਮੈਂ ਅਤੇ ਉਦੋਂ ਵੀ ਇੱਥੇ ਇਹੀ ਸਿਸਟਮ ਸਾਰਾ ਹੁੰਦਾ ਸੀਗਾ ਅਤੇ ਇਸ ਸਾਲ ਵੀ ਇਹੀ ਚੀਜ਼ ਨੋਟ ਕੀਤੀ ਆ ਸਾਰੇ ਕਾਂ ਹੀ ਕਾਂ ਜੀ ਜਿਹੜਾ ਉਹ ਗੇਟ ਆ ਉਹ ਦੁਕਾਨੋਂ 'ਚ ਬਣ ਗਿਆ ਕਾਂ 'ਚ ਆ ਗਿਆ ਥੋੜ੍ਹੀ ਉਹ ਗੇਟ ਦੁਕਾਨੋਂ 'ਚ ਬਣ ਗਿਆ ਜਦੋਂ ਅਸੀਂ ਪਿਛਲੇ ਸਾਲ ਆਏ ਸੀਗੇ ਉਦੋਂ ਆਹ ਚੀਜ਼ ਨਹੀਂ ਵੇਖੀ ਸੀਗੀ ਅੱਜ ਅਸੀਂ ਵਾਹਵਾ ਗਾਂ ਜਾ ਕੇ ਆਹ ਚੀਜ਼ ਵੀ ਵੇਖੀ ਬਹੁਤ ਜ਼ਿਆਦਾ ਪੁਰਾਣਾ ਕੋਈ ਫਿਰ ਵੀ ਬਚਾ ਕੇ ਰੱਖਿਆ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਐਂ ਵੇਖਣ 'ਚ ਤਾਂ ਐਂ ਲੱਗਦਾ ਜਿਵੇਂ 400-500 ਸਾਲ ਪੁਰਾਣਾ ਹੋਊਗਾ ਇਹ ਚੀਜ਼ ਸਾਰੀ ਜਿਹੜੀ ਹੈ ਨਾ ਆਹ ਕਿੰਨਾ ਖਤਰਨਾਕ ਹੈ ਨਾ ਵੇਖ ਵੀ ਖੂਹ ਆ ਖੂਹ ਅਕਸਰ ਜੇ ਆਪਾਂ ਊਂ ਵੇਖੀਏ ਤਾਂ ਬਹੁਤ ਜ਼ਿਆਦਾ ਛੋਟਾ ਹੁੰਦਾ ਅਤੇ ਕਿੱਡਾ ਖੂਹ ਆ ਤੁਸੀਂ ਦੇਖੋ ਅਤੇ ਆਹ ਜਮ੍ਹਾਂ ਖਤਰਾ ਹੀ ਆ ਇੱਥੋਂ ਅਤੇ ਐਂ ਜੇ ਪੈਰ ਧਰਤਾ ਤਾਂ ਗਿਆ ਮੈਨੂੰ ਲੱਗਦਾ ਬੰਦਾ ਐਂ ਜੇ ਪੈਰ ਧਰਤਾ ਤਾਂ ਗਿਆ ਮੈਨੂੰ ਲੱਗਦਾ ਬੰਦਾ ਡਰ ਲੱਗਦਾ ਖੂਹ ਦੇਖੋ ਤੁਸੀਂ ਕਿੱਡਾ ਵੱਡਾ ਇਹ ਕਿੰਨਾ ਡੂੰਘਾ ਹੋਊਗਾ ਇਹਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਬਣਾਇਆ ਇਹ ਇਹ ਯੰਤਰ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਦੋਸਤੋ ਇਹ ਕਮਰੇ ਅੱਜ ਤੋਂ ਕੋਈ 450-500 ਸਾਲ ਪੁਰਾਣੇ ਆ ਜਿਨ੍ਹਾਂ ਦੇ ਥੱਲੇ ਦੀ ਪਾਣੀ ਛੱਡ ਕੇ ਇਹਨਾਂ ਨੂੰ ਠੰਡਾ ਰੱਖਿਆ ਜਾਂਦਾ ਸੀ ਜਾਣੀ ਕਿ ਅੱਜ ਤੋਂ 450-500 ਸਾਲ ਪੁਰਾਣੇ ਏ ਸੀ ਹੈ ਅਤੇ ਦੋਸਤੋ ਇਹ ਕਮਰੇ ਅੱਜ ਤੋਂ ਕੋਈ 450-500 ਸਾਲ ਪੁਰਾਣੇ ਆ ਜਿਨ੍ਹਾਂ ਦੇ ਥੱਲੇ ਦੀ ਪਾਣੀ ਛੱਡ ਕੇ ਇਹਨਾਂ ਨੂੰ ਠੰਡਾ ਰੱਖਿਆ ਜਾਂਦਾ ਸੀ ਜਾਣੀ ਕਿ ਅੱਜ ਤੋਂ 450-500 ਸਾਲ ਪੁਰਾਣੇ ਏ ਸੀ ਹੈ ਇਹਨਾਂ ਦੇ ਥੱਲੇ ਪਾਣੀ ਵਗਦਾ ਰਹਿੰਦਾ ਸੀ ਅਤੇ ਕਮਰੇ ਗਰਮੀ ਦੇ ਵਿੱਚ ਠੰਡੇ ਰਹਿੰਦੇ ਸੀ ਸੋ ਮੈਂ ਕਿੰਨਾ ਨਹੀਂ ਰਾਣਾ ਬਾਰਾਂ ਡੂੰਘਾ ਇਧਰੋਂ ਯਾਰ ਚੱਕਰ ਬਾਰਾਂ ਡੂੰਘਾ ਖੂਹਾਂ ਬਾਈ ਓਏ ਕੁਛ ਨਹੀਂ
ਖੂਹ ਆ ਓਏ, ਆ ਸਭ ਤੋਂ ਵੱਡਾ ਖੂਹ ਆ, ਵੇਖੋ ਬਾਈ ਆਵੇ ਮੁੰਡੇ ਤਾਂ ਵੀ ਖੜੇ ਆ। ਕਿੰਨਾ ਕੁ ਡੂੰਘਾ ਹੋਊਗਾ ਚਾਚਾ? ਚਾਚਾ ਹੋਇਆ ਤੇਸੀ ਨੇ ਕੱਲ ਘੜੀਆਂ ਨੀ ਤੂੰ ਆਏ ਆ ਤਾਂ ਫੇਰ ਆਪਾਂ ਉੱਥੇ ਆ ਗਏ। ਹਾਂ ਖੂਹ ਕੋਲ ਹੀ ਆ ਗਏ ਆਪਾਂ ਫੇਰ। ਚਲੋ ਚੱਲ ਸੈੱਟ ਇਹ ਇੱਥੇ ਤੋਤੇ ਓਏ ਤੋਤੇ, ਤੇਰੇ ਮਿੱਤਰ ਤੈਨੂੰ ਸੱਦੀ ਜਾਂਦੇ ਆ, ਕਹਿੰਦੇ ਉੱਪਰ ਬੈਠੋ। ਬਹੁਤ ਵਧੀਆ ਗੱਲ ਲੱਗੀ ਕਿ ਇੱਥੇ ਜਿਹੜਾ ਸਭਾ ਲੱਗੀ ਹੋਈ ਆ ਤੇ ਉੱਥੇ ਫਿਲਮ ਦਿਖਾਈ ਜਾ ਰਹੀ ਆ, ਸ਼ਹੀਦੀ ਚੱਲ ਰਹੀ ਆ ਦਿਨ ਉਹਨਾਂ ਦੇ ਦਿਹਾੜੇ ਤੇ, ਤੇ ਸਾਰੀ ਸੰਗਤ ਪੂਰੀ ਸ਼ਰਧਾ ਨਾਲ ਬੈਠ ਕੇ ਦੇਖ ਰਹੀ ਹੈ। ਆਹ ਜਿਹੜੇ ਚੱਕਰ ਲਾ ਰਹੇ ਆ ਇਹ ਅਸੀਂ ਆ ਬਈ, ਅਸੀਂ ਚਾਰ ਜਣੇ ਆ, ਦੋ ਚੱਕਰ ਲਾਏ ਆ। ਔਰ ਇਹ ਯੰਤਰ ਚੂਨਾ ਬਣਾਉਣ ਲਈ, ਯਾਨੀ ਕਿ ਚੂਨਾ ਨਹੀਂ ਬਣਾਇਆ ਜਾਂਦਾ ਸੀ ਜਿਹਦੇ ਨਾਲ ਇੱਟਾਂ ਲਾਈਆਂ ਜਾਂਦੀਆਂ ਸੀ, ਇਹ ਚੂਨੇ ਨੂੰ ਮਿਕਸ ਕਰਨ ਲਈ ਬਣਾਇਆ, ਇਹ ਯੰਤਰ ਦੀ ਵਰਤੋਂ ਕੀਤੀ ਜਾਂਦੀ ਸੀ। ਨਾਲੇ ਤਾਂ ਤੁਹਾਨੂੰ ਆਪਾਂ ਇਸ ਵਲੌਗ 'ਚ ਆਮ ਖਾਸ ਦੇ ਇਤਿਹਾਸ ਬਾਰੇ ਦੱਸਤਾ, ਅਤੇ ਨਾਲੇ ਤੁਹਾਨੂੰ ਆਪਾਂ ਆਪਣੀ ਜਿਹੜੀ ਮੌਜ ਮਸਤੀ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ, ਅਤੇ ਹੁਣ ਆਪਾਂ ਲੰਗਰ ਛੱਕ ਕੇ ਜਾਵਾਂਗੇ ਟਰਾਲੇ ਦੇ ਵਿੱਚ। ਬਈ ਖਾ ਕੇ ਨਾ ਇਹ ਨਾਨ ਅੰਮ੍ਰਿਤਸਰੀ ਅਤੇ ਛੋਲਿਆਂ ਦੀ ਸਬਜ਼ੀ ਆ ਬੈਠੇ ਆ, ਹੁਣ ਆ ਬ੍ਰਿਸ਼ਟ ਵਾਲਿਆਂ ਦਾ ਘੇਰੀ ਫਿਰਦੇ ਆ, ਇਹ ਕਹਿੰਦੇ ਨਹੀਂ ਉੱਠਣਾ, ਠਾ ਤਾਂ ਦਿੰਦੇ ਹੁੰਦੇ ਆ ਬਗਾਨੇ ਪੁੱਤ। ਬਈ ਸੰਗਤਾਂ ਦੀ ਇੰਨੀ ਸ਼ਰਧਾ ਕਿ 20-20 ਮੀਟਰ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਆ ਜੋ ਲਾਇਆ ਗਿਆ 20-20 ਮੀਟਰ ਦੀ ਦੂਰੀ ਤੇ। ਬਈ ਅੱਜ ਦੇ ਵਲੌਗ 'ਚ ਆਪਾਂ ਲੈਂਦੇ ਹਾਂ ਇਜਾਜ਼ਤ, ਤੁਹਾਡੇ ਤੋਂ ਮਿਲਦੇ ਹਾਂ ਕਿਸੇ ਹੋਰ ਵਧੀਆ ਜਿਹੇ ਵਲੌਗ ਦੇ ਨਾਲ। ਜੇ ਕੋਈ ਗਲਤੀ ਹੋ ਗਈ ਜਾਂ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰ ਦੇਣਾ।